ਅਸੀਂ ਕਹਿ ਵੀ ਨਹੀਂ ਨਾ ਸਕਦੇ ਵੀ ਬਾਈ ਬੋਣੀ ਕਰਾ ਜਾ। ਅਗਲਾ ਆਖਣਗੇ ਯਾਰ ਤੂੰ ਭੈਣ ਜੋ ਹਰ ਇੱਕ ਨੂੰ ਕਹਿੰਦਾ ਮਾਰ ਹੀ ਹੋ ਗਈ ਅਸੀਂ ਆਪਣੀ ਬੋਣੀ ਹੋ ਨਹੀਂ ਸਕਦੀ। ਆਪਾਂ ਕਹਿ ਵੀ ਨਹੀਂ ਸਕਦੇ, ਨਾ ਆਪਾਂ ਧੂ ਬੱਤੀ ਕਰ ਸਕਦੇ, ਨਾ ਆਪਾਂ ਕਿਸੇ ਨੂੰ ਕਹਿ ਸਕਦੇ ਯਾਰ ਬੋਣੀ ਕਰਾ ਜਾ, ਹੈ ਨਾ। ਚਪੇੜੇ ਪੈਂਦੇ, ਅਗਲਾ ਆਖੂਗੇ ਯਾਰ ਤੂੰ ਸਾਨੂੰ ਬਿਮਾਰ ਕਰਕੇ ਰਹਿ ਜਾਈਏ। ਯਾਰ ਇਹ ਕੰਮ ਹੀ ਇਹੋ ਜਿਹਾ, ਸਾਡਾ ਕੰਮ ਕਿਸੇ ਦੀ ਬਿਮਾਰੀ 'ਤੇ ਡਿਪੈਂਡ ਹੈ ਨਾ। ਪਰ ਆਪਾਂ ਨੂੰ ਇੱਦਾਂ ਵੀ ਕਹਿ ਸਕਦੇ ਯਾਰ ਜੇ ਕੋਈ ਬੰਦਾ ਬਿਮਾਰ ਆ ਉਸਨੂੰ ਅਸੀਂ ਠੀਕ ਵੀ ਕਰਦੇ ਹਾਂ। ਅਸੀਂ ਨਹੀਂ, ਵਾਹਿਗੁਰੂ ਠੀਕ ਕਰਦਾ, ਅਸੀਂ ਇੱਕ ਜ਼ਰੀਆ ਬਣਦੇ ਹਾਂ, ਇੱਕ ਜ਼ਰੀਆ ਅਗਲੇ ਦੀ ਬਿਮਾਰੀ ਨੂੰ ਠੀਕ ਕਰਦਾ ਵੀ ਸਾਡੇ ਦੇ ਥਰੂ ਹੁੰਦੀ ਆ ਉਹ, ਵਾਹਿਗੁਰੂ ਸਾਡੇ ਥਰੂ ਕਰਵਾਉਂਦਾ ਜੋ ਵੀ ਕਰਵਾਉਂਦਾ, ਹੈ ਨਾ। ਅਤੇ ਬਾਕੀ ਯਾਰ ਕੰਮ ਤਾਂ ਫਿਰ ਕੰਮ ਹੀ ਹੈ, ਹੈ ਨਾ। ਹਰੇਕ ਬੰਦਾ ਇੱਕ ਦੂਜੇ 'ਤੇ ਨਿਰਭਰ ਹੈ। ਇੱਕ ਰਾਤ ਬਾਪੂ ਜੀ ਆ ਗਏ ਮਿੱਠੂ ਸਿੰਘ ਸਾਡੇ ਪਿੰਡੋਂ, ਲੈਟਰੀਆਂ ਲੱਗੀਆਂ ਹੋਈਆਂ, ਬੁਰਾ ਹਾਲ। ਫਿਰ ਉਹ ਆਏ, ਦਵਾਈ ਦਵੂਈ ਦਿੱਤੀ, ਰਾਤ ਦਾ ਟਾਈਮ ਸੀਗਾ, ਇਹਨੂੰ ਬੰਨ ਲਈਏ, ਇਹ ਗਿਆ ਨਿਕਲ, ਖੁੱਲ੍ਹਦਾ ਹੀ ਨਹੀਂ ਪਿਆ ਯਾਰ, ਭੈਣ ਗੰਢ ਵਾਲੀ ਪੀਚੀ ਗਈ ਨਾ। ਮਸਾਂ ਹੀ ਕੀਤਾ, ਹੈ ਨਾ, ਓਵਰ ਸਮਾਰਟ। ਬੰਦਾ ਇੱਕ ਦਵਾਈ ਲੈ ਕੇ ਗਿਆ ਮੇਰੇ ਤੋਂ, ਰਾਤ ਦਾ ਟਾਈਮ ਸੀਗਾ, 3 ਵਜੇ ਮੈਨੂੰ ਉਹਨੇ ਠਾਇਆ, ਸੁਣੀ ਜਾ ਹਜੇ, 3 ਵਜੇ ਠਾਇਆ ਅਤੇ ਦਵਾਈ ਲੈ ਗਿਆ। ਇੱਕ ਖੁਰਾਕ ਨਾਲ ਉਹਨੂੰ ਆਰਾਮ ਆ ਗਿਆ, ਉਹਦੀ ਲੜਕੀ ਨੂੰ ਛਾਲੀਆਂ ਉਲਟੀਆਂ ਲੱਗੀਆਂ ਸੀ ਅਤੇ ਆਰਾਮ ਆ ਗਿਆ ਉਹਨੂੰ। ਅਤੇ ਸੁਬਾਹ ਮੈਨੂੰ ਮੋੜਨ ਆ ਗਿਆ, ਕਹਿੰਦਾ ਡਾਕਟਰ ਰਾਤ ਤੂੰ 50 ਰੁਪਏ ਲਿਆ ਸੀ ਅਤੇ ਆਹ ਦਵਾਈ ਰੱਖ ਲਾ ਅਤੇ ਬਾਕੀ ਪੈਸੇ ਮੋੜ ਦੇ, ਇਹ ਉਹ ਤਾਂ ਇੱਕ ਖੁਰਾਕ ਨਾਲ ਹੀ ਠੀਕ ਹੋ ਗਈ। ਵੇਖ ਲਓ ਤੁਸੀਂ ਵੀ, ਜੇ ਇੱਕ ਖੁਰਾਕ ਨਾਲ ਠੀਕ ਹੋ ਗਈ ਤਾਂ ਤੁਸੀਂ ਮੇਰਾ ਧੰਨਵਾਦ ਕਰੋ ਵੀ 3 ਵਜੇ ਮੈਂ ਉੱਠਿਆ ਤੁਹਾਡੇ ਵਾਸਤੇ, ਰੁਪਈਏ ਮੈਂ ਤੁਹਾਡੇ ਤੋਂ 50 ਲਏ। ਲੋਕਾਂ ਦਾ ਪਤਾ ਨਹੀਂ ਕੀ, ਜੇ ਨਾ ਠੀਕ ਹੁੰਦਾ ਤਾਂ ਫਿਰ ਅਗਲੇ ਦਿਨ ਲਾਮਾ ਦੇ ਦੇਣਾ ਯਾਰ ਡਾਕਟਰ, ਯਾਰ ਇੰਨੇ ਪੈਸੇ ਲੈ ਲਏ ਠੀਕ ਨਹੀਂ ਹੋਇਆ, ਐਂ ਕਹਿਣਾ ਸੀਗਾ। ਅਤੇ ਜੇ ਠੀਕ ਹੋ ਗਿਆ ਤਾਂ ਅਗਲੇ ਦਿਨ ਦਵਾਈ ਮੋੜਨ ਆ ਗਏ, ਕੀ ਕਰੂ RMP ਡਾਕਟਰ? ਪਿੰਡ ਵਾਲੇ ਡਾਕਟਰ ਨਾਲ ਇੱਦਾਂ ਹੁੰਦੀ ਹੈ ਬਾਈ, 10-10, 20-20 ਰੁਪਏ ਅਸੀਂ ਲੈਂਦੇ ਹਾਂ ਅਤੇ ਉਹ ਵੀ ਸਾਨੂੰ ਨਾ ਸੁਣਾਇਆ ਜਾਂਦਾ ਵੀ ਤੁਸੀਂ ਸਾਡੇ ਤੋਂ ਪੈਸੇ ਲੈ ਲਏ ਆ, ਇਹ ਨਹੀਂ ਵੇਖਿਆ ਜਾਂਦਾ ਵੀ ਅਸੀਂ ਤੁਹਾਨੂੰ ਠੀਕ ਵੀ ਕੀਤਾ। ਇੱਦਾਂ ਹੁੰਦੀ ਆ RMP ਡਾਕਟਰ ਨਾਲ, ਬਹੁਤ ਮਾੜੀ ਗੱਲ ਹੈ। ਮੈਂ ਪੈਸੇ ਵਾਪਸ ਨਹੀਂ ਕੀਤੇ, ਮੈਂ ਕਿਹਾ ਵੀ ਦਵਾਈ ਰੱਖ ਜਾ, ਪੈਸਾ ਪੂਸਾ ਨਹੀਂ ਮਿਲਣਾ ਗਾ, 3 ਵਜੇ ਦਾ ਮੈਂ 150 ਰੁਪਏ ਲੈਂਦਾ ਉੱਠਣ ਲੱਗਿਆ, ਕਿਉਂਕਿ 150 ਰੁਪਏ ਆਮ ਜੀ ਫੀਸ ਆ, ਕੋਈ ਜ਼ਿਆਦਾ ਨਹੀਂ, ਹੈ ਨਾ। ਪਰ ਇਹਨਾਂ ਨੂੰ ਕੌਣ ਸਮਝਾਵੇ ਯਾਰ, ਦੁਨੀਆ ਨਾ ਬਹੁਤ ਚਲਾਕ ਬਣਦੀ ਹੈ, ਬਹੁਤ ਜ਼ਿਆਦਾ ਆਪਦੇ ਆਪ ਨੂੰ ਬਹੁਤ ਸਮਾਰਟ ਸਮਝਦੀ ਦੁਨੀਆ, ਹੈ ਨਾ। ਇਹ ਤਾਂ ਵੇਖਿਆ ਨਹੀਂ ਗਾ ਯਾਰ ਬੰਦਾ ਰਾਤ ਨੂੰ ਉੱਠਿਆ, ਹੁਣ ਇਹ ਰਾਤ ਨੂੰ 3 ਵਜੇ ਉੱਠ ਕੇ ਵਿਖਾ ਦੇਣਾ ਮੈਨੂੰ, ਮੈਂ ਆਵਾਜ਼ ਮਾਰਾਂ ਯਾਰ ਆਇਆ ਜੀ ਬਾਈ, ਮੇਰਾ ਪਾਣੀ ਲੱਗ ਗਿਆ ਜੀ, ਰਾਤ ਨੂੰ 3 ਵਜੇ ਨਹੀਂ ਆਉਂਦੇ ਨਾ। ਆ ਗਿਆ ਜੀ ਘਰੇ, ਕਿਉਂਕਿ ਅੱਜ ਕਰਨੀ ਸੀ ਸਪਰੇਅ, ਇੱਕ ਤਾਂ ਮੈਗਨੀਸ਼ੀਅਮ ਦੀ NPK ਅਤੇ ਇੱਕ ਕਰਨੀ ਸੀ 12-63, ਕਿਉਂਕਿ ਕਣਕ ਥੋੜ੍ਹੀ ਜਿਹੀ ਉਦਣ ਐਕਸਲ ਕੀਤੀ ਸੀ ਨਾ, ਉਹਦੇ ਨਾਲ ਖੱਟੀ ਜੀ ਹੋ ਗਈ ਸੀ, ਪਾਣੀ ਗਰਮ ਅਸੀਂ ਲਾ ਤਾ, ਕਿਉਂਕਿ ਜਿਹੜੀ ਮੈਗਨੀਸ਼ੀਅਮ ਆ ਖੁਰਦੀ ਨਹੀਂ। ਮੈਗਨੀਸ਼ੀਅਮ ਜਦੋਂ ਅਸੀਂ ਪਾਰ ਕਰਨ ਗਏ ਨਾ ਅਤੇ ਖੁਰੀ ਨਾ, ਸਾਨੂੰ ਦੋ ਢਾਈ ਘੰਟੇ ਉਹਨੂੰ ਖੋਲ੍ਹਣ 'ਤੇ ਲੱਗ ਗਿਆ, ਇਸ ਕਰਕੇ ਟਾਈਮ ਖਰਾਬ ਹੁੰਦਾ, ਇਸ ਕਰਕੇ ਅੱਜ ਸਪਰੇਅ ਕਰਨੀ ਆ ਅਤੇ ਅਸੀਂ ਪਹਿਲਾਂ ਹੀ ਕੰਮ ਸਟਾਰਟ ਕਰਨ ਲੱਗੇ, ਮੈਗਨੀਸ਼ੀਅਮ ਨੂੰ ਪਹਿਲਾਂ ਹੀ ਅਸੀਂ ਘੋਲਾਂਗੇ। ਹੁਣ ਆਹ ਪਾਣੀ ਮੈਂ ਗਰਮ ਲਾ ਤਾ, ਰਾਡ ਲਾਈ ਆ ਭਰਾ, ਕੁੰਡੀ ਨਹੀਂ ਲਾਈ ਅਸੀਂ, ਮੀਟਰ 'ਤੇ ਲਾਈ ਆ, ਦੇਖੋ ਮੀਟਰ, ਅਸੀਂ ਵੀ ਐਂ ਕੁੰਡੀ ਕੰਡ ਨਹੀਂ ਲਾਉਂਦੇ ਗੇ, ਇਹਨੂੰ ਗਰਮ ਕਰਕੇ ਅਸੀਂ ਇਹ 'ਚ ਮੈਗਨੀਸ਼ੀਅਮ ਪਾ ਦਾਂਗੇ ਅਤੇ ਇਹਨੂੰ ਹੌਲੀ ਹੌਲੀ ਖੋਰਾਂਗੇ, ਹੈ ਨਾ। ਮੁੜ ਕੇ ਜਦੋਂ ਬੰਦੇ ਆ ਗਏ ਅਤੇ ਫਿਰ ਨਾਲ ਦੀ ਨਾਲ ਸਪਰੇਅ ਕਰ ਦਾਂਗੇ, ਹੈ ਨਾ। ਉਹ ਕਿੱਥੇ ਪਈ ਦਵਾਈ, ਕਿੱਥੇ ਪਈ ਹੈ? ਹਾਂ ਬਿਆ ਮੈਗਨੀਸ਼ੀਅਮ ਫਰਟੀਲਾਈਜ਼ਰ, ਇਹ ਉਹਨਾਂ ਨੇ ਮੈਨੂੰ 10 ਕਿਲੋ ਹੀ ਦੇਤਾ, ਕਹਿੰਦੇ ਯਾਰ ਵੀ ਸਸਤਾ ਹੀ ਹੁੰਦਾ, 280 ਦਾ 10 ਕਿਲੋ ਆਇਆ। ਇਹ ਵੈਸੇ ਹਰ ਇੱਕ ਫਸਲ ਨੂੰ ਜ਼ਰੂਰੀ ਆ ਮੈਗਨੀਸ਼ੀਅਮ, ਉਹਦੇ 'ਚ ਆਪਾਂ 4 ਕਿਲੋ ਮੈਗਨੀਸ਼ੀਅਮ ਕੱਢ ਲਾਂਗੇ, ਅਤੇ ਕਿਉਂਕਿ 4 ਕਿੱਲੇ ਆ, ਕਿਲੋ ਕਿੱਲੇ ਦਾ ਮੈਗਨੀਸ਼ੀਅਮ ਪੈਂਦਾ, 4 ਕਿਲੋ ਕੱਢ ਲਾਂਗੇ ਅਤੇ ਨਾਲ NPK ਵਗੈਰਾ ਨਾਲ 12-63 ਆ NPK, ਆਹ ਤਾਂ ਹੋ ਗਈ ਜੀ 12-63, ਜਿਹਦੇ 'ਚ M45 ਵੀ ਹੁੰਦਾ ਅਤੇ ਕਾਰਬੋਡੀਜ਼ਮ ਵੀ ਹੁੰਦਾ, ਆਹ ਅੱਧਾ ਨਾਲ ਇਹ ਹੋ ਗਈ 4 ਕਿੱਲੇ ਦੀ, ਆਹ ਹੋ ਗਈ NPK 19-19। ਇਹਦੇ ਵਿੱਚ ਹੁੰਦਾ ਹੈ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ। ਮੈਗਨੀਸ਼ੀਅਮ ਨੂੰ ਤੋਲ ਕੇ ਲਿਆਉਣੇ ਆਪਾਂ ਦੁਕਾਨ ਤੋਂ ਜਾ ਕੇ, ਉੱਥੇ ਤੋਲ ਕੇ 4 ਕਿਲੋ ਪਾ ਕੇ ਲਿਆਉਣੇ, ਹੈ ਨਾ, 10 ਕਿਲੋ ਜ਼ਿਆਦਾ।
ਚੱਲਦੇ ਹਾਂ ਦੁਕਾਨ 'ਤੇ ਉੱਥੋਂ ਤੋਲ ਕੇ ਫਿਰ ਆਪਾਂ ਪਿਆਵਾਂਗੇ। ਤੋਲ ਕੇ ਲਿਆਂਦਾ ਜੀ ਆਪਾਂ 4 ਕਿਲੋ ਮੈਗਨੀਸ਼ੀਅਮ, 4 ਕਿਲੋ ਪੂਰਾ। ਹੁਣ ਆਪਾਂ ਪਾਣੀ 'ਚ ਇਹਨੂੰ ਘੋਲਾਂਗੇ, ਕਿਉਂਕਿ ਘੁਲਦਾ ਬਹੁਤ ਔਖਾ, ਥੋੜ੍ਹਾ ਜਿਹਾ ਪਾ ਦਈਏ ਥੋੜ੍ਹਾ ਥੋੜ੍ਹਾ। ਡੰਡਾ ਫੜ, ਡੰਡਾ, ਗਰਮੀ ਬਹੁਤ ਆ। ਕੀ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ, ਕੀ ਪ੍ਰੋਬਲਮ ਕੀ ਆ। ਮੇਰਾ ਵੀਡੀਓ ਬਣਾਉਣ ਤੋਂ ਇੰਨੀ ਪ੍ਰੋਬਲਮ ਆ ਨਾ ਸਾਡੇ ਪਰਿਵਾਰ ਨੂੰ ਪੁੱਛੇ, ਜਦੋਂ ਮੈਂ ਕੈਮਰਾ ਚੱਕ ਲੈਂਦਾ ਸਾਰਿਆਂ ਨੂੰ ਪਤਾ ਨਹੀਂ ਹੋ ਕੀ ਜਾਂਦਾ, ਦੌਰਾ ਹੀ ਪੈ ਜਾਂਦਾ, ਕਮਲੇ ਹੋ ਜਾਂਦੇ ਆ। ਹਾਂ ਤੇ ਫਿਰ ਕਿਉਂ ਹੁੰਦੇ ਆ, ਮੈਨੂੰ ਕੰਮ ਨਹੀਂ ਕਰਨ ਦਿੰਦੇ ਯਾਰ। ਮੈਂ ਮੈਗਨੀਸ਼ੀਅਮ ਰਲਾਉਣਾ ਉਹ ਨਹੀਂ, ਇਹਨਾਂ ਨੂੰ ਪਤਾ ਨਹੀਂ ਕੀ ਹੁੰਦਾ। ਇਹਨਾਂ ਨੂੰ ਇਹ ਤਾਂ ਪਤਾ ਨਹੀਂ ਗਾ ਵੀ ਯੂਟਿਊਬ ਚੈਨਲ ਚੀਜ਼ ਕੀ ਆ, ਕੱਲ੍ਹ ਨੂੰ ਚੱਲ ਪਿਆ ਪੈਸੇ ਆਉਣੇ, ਹੈ ਨਾ। ਇਹਨਾਂ ਨੂੰ ਇਹ ਨਹੀਂ ਗੱਲ ਦਾ ਪਤਾ। ਆਉਣਗੇ ਆਉਣਗੇ, ਕਿਸੇ ਨਾ ਕਿਸੇ ਦਿਨ ਜ਼ਰੂਰ ਆਉਣਗੇ। ਕਹਿੰਦੇ ਹੁੰਦੇ ਨਾ ਮਿਹਨਤ ਕਰੋ, ਮਿਹਨਤ ਕਰਾਂਗੇ ਤਾਂ ਆਉਣਗੇ, ਜੇ ਵੀਡੀਓ ਪਾਵਾਂਗੇ ਤਾਂ ਆਉਣਗੇ। ਉਹੀ ਲਾਟਰੀ ਵਾਲੀ ਗੱਲ, ਲਾਟਰੀ ਪਾਈ ਨਹੀਂ, ਲਾਟਰੀ ਨਿਕਲੂ ਕਿਵੇਂ। ਰੱਬ 'ਚ ਪੈਸੇ ਦਊਗਾ ਕਿਸੇ ਦਿਨ ਤਾਂ ਲਾਟਰੀ ਨਿਕਲੂਗੀ। ਉਹਨੇ ਆਖਿਆ ਲਾਟਰੀ ਪਾਈ ਨਹੀਂ ਤਾਂ ਨਿਕਲੂ ਕਿਵੇਂ। ਘੋੜਾ ਜੇ ਰੇਸ 'ਚ ਰੱਖਾਂਗੇ ਤਾਂ ਘੋੜਾ ਜਿੱਤੂ ਰੇਸ, ਅਤੇ ਜੇ ਆਪਾਂ ਵੀਡੀਓ ਪਾਵਾਂਗੇ ਤਾਂ ਕੋਈ ਵੇਖੂਗਾ, ਐਂ ਕਿਵੇਂ ਸਬਸਕ੍ਰਾਈਬਰ ਆ ਜਾਣਗੇ, ਇੱਦਾਂ ਕਿਵੇਂ ਪੈਸੇ ਆ ਜਾਣਗੇ ਨਾ। ਬਾਕੀ ਯਾਰ ਪਾਣੀ ਗਰਮ 'ਚ ਘੁੱਲ ਜਾਂਦੀ ਹੈ ਨਾ, ਆਹ ਵੇਖੋ ਸਾਰੀ ਘੁੱਲ ਗਈ। ਵਾਹ ਜੀ ਵਾਹ, ਖਾਈ ਨਹੀਂ ਸਾਰੀ ਘੁੱਲ ਗਈ ਹੈ ਨਾ। ਇੱਦਾਂ ਅੱਗੇ ਅਸੀਂ ਨਾ ਠੰਡੇ ਪਾਣੀ 'ਚ ਪਾਈ ਸੀਗੀ, ਠੰਡੇ ਪਾਣੀ 'ਚ ਨਾ ਬਹੁਤ ਔਖੀ ਘੁੱਲਦੀ ਆ ਬਾਈ। ਇੱਦਾਂ ਪਾਣੀ ਗਰਮ ਕਰ ਲਿਆ ਕਰੋ ਪਹਿਲਾਂ, ਅਤੇ ਪਾਣੀ ਗਰਮ 'ਚ ਮੈਗਨੀਸ਼ੀਅਮ ਛੇਤੀ ਘੁੱਲਦਾ, ਠੰਡੇ ਪਾਣੀ 'ਚ ਘੁੱਲਦਾ ਹੀ ਨਹੀਂ। ਪਰ ਪਤਾ ਨਹੀਂ ਉਹਨਾਂ ਨੇ ਗੰਦਾ ਜਿਹਾ ਮੈਗਨੀਸ਼ੀਅਮ ਦੇ ਤਾ, ਪਤਾ ਨਹੀਂ ਕਿਵੇਂ ਅਸੀਂ 2 ਘੰਟੇ ਲੱਗੇ ਰਹੇ, ਘੁੱਲਿਆ ਨਹੀਂ, ਇੱਕ ਤਾਂ ਪਾਣੀ ਠੰਡਾ ਸੀਗਾ, ਆਹ ਤਾਂ ਮਿੰਟੋ ਮਿੰਟ ਹੀ ਘੁੱਲਦਾ ਜਾਂਦਾ। ਹਾਂ ਸਾਰੇ ਹੀ ਪਾ ਦਈਏ ਯਾਰ, ਹੈ ਨਾ, ਸਾਰੇ ਹੀ ਪਾ ਦਈਏ। ਮਿੰਟੋ ਮਿੰਟ ਹੀ ਘੁੱਲ ਗਿਆ ਮੈਗਨੀਸ਼ੀਅਮ, ਹੈ ਰਹਿ ਹੀ ਨਹੀਂ ਗਿਆ ਵਿੱਚ, ਸਾਰੀ ਪਾਣੀ ਬਣ ਗਿਆ। ਪਰ ਯਾਰ ਇਹਨਾਂ ਨੇ ਫਿਰ ਮਾੜਾ ਮੂੜਾ ਦੇ ਤਾ ਹੋਵੇ, ਕੀ ਚੱਕਰ ਹੋਵੇ। ਐਰ ਕਿ ਮੈਗਨੀਸ਼ੀਅਮ ਵੈਸੇ ਚੰਗਾ ਹੈ, ਮੈਗਨਾ ਫਰ ਮੰਚੀਆਂ ਦਾ, ਮੰਛੀਆਂ ਕੰਪਨੀ ਦਾ ਮੈਗਨੀਸ਼ੀਅਮ, ਮੰਛੀਆਂ ਦਾ ਦਿੱਤਾ। ਦੇਖੋ ਤੁਸੀਂ ਵੀ ਬਾਈ ਮੰਛੀਆਂ ਕੰਪਨੀ ਦਾ ਮੈਗਨੀਸ਼ੀਅਮ ਲਿਆ ਕਰੋ, ਛੇਤੀ ਘੁੱਲ ਜਾਂਦਾ। ਐਰ ਕੀ ਯਾਰ ਕਣਕ ਨੂੰ ਸਪਰੇਆਂ ਹੀ ਬਹੁਤ ਹੋ ਗਈ, ਬਹੁਤ ਜ਼ਿਆਦਾ ਸਪਰੇਅ ਕਰ ਬੈਠੇ, ਬਾਹਲੀ ਜ਼ਿਆਦਾ।